ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲੇ ਸਿੱਖ ਪ੍ਰਚਾਰਕ ਕਹਾਉਂਦੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਅਦਾਲਤ ਵਿੱਚ ਕੇਸ ਪਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਫਤਿਹਗੜ੍ਹ ਸਾਹਿਬ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਰਾਹੀਂ ਧਾਰਾ 499-500-501 IPC ਅਧੀਨ ਕੇਸ ਦਰਜ ਕਰਵਾਇਆ ਹੈ। ਉਹਨਾਂ ਕਿਹਾ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਆਪਣੇ ਇੱਕ ਦੀਵਾਨ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਬੈਠੀ ਸੰਗਤ ਸਾਹਮਣੇ ਉਹਨਾਂ ਦੇ ਪਿਤਾ ਹਰੀ ਸਿੰਘ ਰੰਧਾਵਾ ਅਤੇ ਮੇਰੇ ਖਿਲਾਫ਼ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਇੰਨੀ ਇਹ ਸੰਤ ਦੀ ਉਮਰ ਨਹੀਂ ਜਿੰਨੀ ਦੇਰ ਮੇਰੇ ਪਿਤਾ ਜੀ ਨੂੰ ਪ੍ਰਚਾਰ ਕਰਦੇ ਨੂੰ ਹੋ ਗਈ ਹੈ। ਉਹਦੇ ਵੱਲੋਂ ਆਪਣੇ ਸਥਾਨ 'ਤੇ ਜਿਹੜਾ ਮਹੀਨੇ ਬਾਅਦ ਪ੍ਰੋਗਰਾਮ ਲਾਉਂਦੇ ਨੇ, ਉਹਦੇ ਵਿੱਚ ਰਾਤਰੀ ਦੇ ਦੀਵਾਨ ਦੇ ਵਿੱਚ ਉਹਨਾਂ ਨੇ ਬਹੁਤ ਹੀ ਅਪਮਾਨਜਨਕ ਜਿਹੜੀਆਂ ਟਿੱਪਣੀਆਂ ਮੇਰਾ ਨਾਂ ਲੈ ਕੇ ਔਰ ਮੇਰੇ ਪਿਤਾ ਜੀ ਦਾ ਨਾਂ ਲੈ ਕੇ, ਅਤੇ ਇਹੋ ਜਿਹੇ ਸ਼ਬਦ ਵਰਤੇ ਜਿਹੜੇ ਅਸੀਂ ਮੈਨੂੰ ਲੱਗਦਾ ਕਿ ਆਮ ਸੰਸਾਰ ਦੇ ਵਿੱਚ ਵਿਚਰਦੇ ਕਿਸੇ ਮਨੁੱਖ 'ਤੇ ਨਹੀਂ ਵਰਤ ਸਕਦੇ। ਅਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਸਿੱਖ ਸੰਗਤਾਂ ਨੂੰ ਸਾਡਾ ਜਿਹੜਾ ਮਨ ਬਹੁਤ ਦੁਖੀ ਹੋਇਆ ਕਿ ਇੱਕ ਐਡੀ ਭਰੀ ਸਭਾ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਅਪਮਾਨਜਨਕ ਟਿੱਪਣੀਆਂ, ਔਰ ਉਹ ਵੀ ਉਸ ਸ਼ਖਸੀਅਤ ਦੇ ਖਿਲਾਫ਼ ਕਰਨੀ। ਮੈਨੂੰ ਲੱਗਦਾ ਕਿ ਇੰਨੀ ਉਹਦੀ ਉਮਰ ਨਹੀਂ ਹੈ ਜਿੰਨਾ ਚਿਰ ਮੇਰੇ ਪਿਤਾ ਜੀ ਨੂੰ ਪ੍ਰਚਾਰ ਕਰਦਿਆਂ ਹੋ ਗਿਆ, ਅਤੇ ਉਹਨਾਂ ਨੇ ਜੋ ਕੌਮ ਦੀ ਸੇਵਾ ਕੀਤੀ, ਗ੍ਰੰਥ ਲਿਖੇ ਔਰ ਬੱਚਿਆਂ ਨੂੰ ਵਿੱਦਿਆ ਪੜ੍ਹਾਈ, ਸਕੂਲ ਚਲਾਏ, ਉਹ ਸਾਡੀ ਸਮਝ ਤੋਂ ਬਾਹਰ ਸੀ ਵੀ ਆਖਰ ਕੀ ਕਾਰਨ ਸੀਗੇ ਜੋ ਇਹ ਲੋੜ ਪੈ ਗਈ ਜੋ ਇਸ ਤਰ੍ਹਾਂ ਦੀ ਅਪਮਾਨਜਨਕ ਟਿੱਪਣੀਆਂ ਜਿਹੜੀਆਂ ਢੱਡਰੀਆਂ ਵਾਲੇ ਨੇ ਕੀਤੀ, ਅਤੇ ਉਹਦੇ ਲਈ ਅੱਜ ਅਸੀਂ ਮਾਣਯੋਗ ਅਦਾਲਤ ਦੇ ਵਿੱਚ ਜਿਹੜਾ ਉਹਦੇ ਖਿਲਾਫ਼ ਜਿਹੜਾ ਕੇਸ ਹੈ ਉਹ ਦਰਜ ਕੀਤਾ। ਆਪਣਾ ਵਕੀਲ ਸਾਹਿਬ ਖੜ੍ਹੇ ਨਾਲ, ਉਹ ਤੁਹਾਨੂੰ ਸਾਰੀਆਂ ਦੱਸ ਦੇਣਗੇ, ਧਾਰਾ ਵਗੈਰਾ ਵੀ ਦੱਸ ਦੇਣਗੇ। ਅਤੇ ਮੈਨੂੰ ਲੱਗਦਾ ਕਿ ਹੁਣ ਇਸ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਕਾਫ਼ੀ ਪਿਛਲੇ ਸਮੇਂ ਤੋਂ ਸਾਰਾ ਸਿੱਖ ਜਗਤ ਦੇਖ ਰਿਹਾ ਕਿ ਉਹ ਸਮੇਂ 'ਤੇ ਹੋਰ ਵੀ ਸ਼ਖਸੀਅਤਾਂ 'ਤੇ ਸਾਡੀਆਂ ਜਿਹੜੀਆਂ ਪੰਥਕ ਪਰੰਪਰਾਵਾਂ ਨੇ, ਚਾਹੇ ਉਹ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਲੈ ਕੇ ਆ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਆ, ਜਾਂ ਸਾਡੀਆਂ ਜਿਹੜੀਆਂ ਰਵਾਇਤਾਂ ਜਿਨ੍ਹਾਂ ਦੇ ਲਈ ਪੰਥ ਖਾਲਸਾ ਦਸਮ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਸਾਨੂੰ ਇਹ ਜਿਹੜੀਆਂ ਦਿੱਤੀਆਂ, ਉਹਨਾਂ 'ਤੇ ਵੀ ਉਹ ਵਾਰ ਵਾਰ ਜਿਹੜਾ ਅਸੀਂ ਦੇਖਦੇ ਹਾਂ ਕਿ ਕਿੰਤੂ ਪਰੰਤੂ ਜਿਹੜਾ ਉਹ ਕਰ ਰਿਹਾ, ਅਤੇ ਕੋਈ ਪੰਥ ਦੀ ਸ਼ਖਸੀਅਤ ਨਹੀਂ ਉਹਨਾਂ ਨੇ ਬਖਸ਼ੀ। ਤੋ ਉਸੇ ਚੱਲਦੇ ਲੜੀ ਦੇ ਵਿੱਚ ਉਹਨਾਂ ਨੇ ਸਾਡੇ 'ਤੇ ਇਹ ਜਿਹੜੇ ਨਿੱਜੀ ਹਮਲੇ ਜਿਹੜੀਆਂ ਟਿੱਪਣੀਆਂ ਕੀਤੀਆਂ, ਤਾਂ ਉਹਦੇ ਲਈ ਅਸੀਂ ਜਿਹੜਾ ਕਾਨੂੰਨ ਦਾ ਇਹ ਸਹਾਰਾ ਲਿਆ। ਔਰ ਮੈਂ ਇਹ ਵੀ ਇੱਕ ਗੱਲ, ਕਿਉਂਕਿ ਮੈਨੂੰ ਸ਼ਹੀਦਾਂ ਦੇ ਦਰ ਤੋਂ ਬੜੀ ਛੋਟੀ ਉਮਰ ਦੇ ਵਿੱਚ ਜਿਹੜੀ ਸੇਵਾ ਮਿਲੀ ਸੀ, ਅਤੇ ਉਹਦੇ ਲਈ ਮੈਂ ਇਹ ਵੀ ਮਹਿਸੂਸ ਕਰਦਾ ਕਿ ਕਿਸੇ ਨਾ ਕਿਸੇ ਨੂੰ ਜਿਹੜਾ ਅੱਗੇ ਆਉਣਾ ਪੈਣਾ ਸੀਗਾ, ਅਤੇ ਅਸੀਂ ਕਦੇ ਵੀ ਇਹ ਚੀਜ਼ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਜਿਹੜੀਆਂ ਰਵਾਇਤਾਂ ਦਸਮ ਪਾਤਸ਼ਾਹ ਨੇ ਸਾਨੂੰ ਲਹੂ ਡੋਲ ਕੇ ਦਿੱਤੀਆਂ ਨੇ, ਕਿ ਉਹਦਾ ਕੋਈ ਅਪਮਾਨ ਕਰੇ। ਅਤੇ ਹੋਰ ਵੀ ਜੋ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਿੱਛੇ ਜਿਹੜੀਆਂ ਸਾਡੀਆਂ ਇਤਿਹਾਸ ਜਾਂ ਹੋਰ ਕੀਤੇ ਨੇ, ਅਤੇ ਉਹਨਾਂ ਬਾਰੇ ਵੀ ਅਸੀਂ ਹੁਣ ਜਲਦੀ ਜਿਹੜਾ ਫੈਸਲਾ ਲਵਾਂਗੇ, ਠੋਸ ਕਦਮ ਚੱਕਾਂਗੇ, ਅਤੇ ਇਹ ਹੁਣ ਲੜਾਈ ਜਿਹੜੀ ਹੈ ਉਹ ਅੱਜ ਤੋਂ ਸ਼ੁਰੂ ਹੋ ਚੁੱਕੀ। ਸਾਹਿਬ, ਇਹ ਆਪਣਾ ਜਿਹੜੇ ਟਿੱਪਣੀਆਂ ਦੀ ਗੱਲ ਕਰਦੇ ਤੁਸੀਂ, ਇਹ ਰੰਧਾਵਾ ਸਾਹਿਬ ਦੇ ਬੋਲਿਆ ਕਿ ਤੁਹਾਡੇ ਦੇ ਬੋਲਿਆ? ਨਹੀਂ, ਦੋਨਾਂ 'ਤੇ ਬੋਲਿਆ ਜੀ, ਮੇਰਾ ਨਾਂ ਲੈ ਕੇ ਅਤੇ ਮੇਰਾ ਨਾਂ ਲੈ ਕੇ ਅਤੇ ਟਿੱਪਣੀਆਂ ਮੇਰੇ ਪਿਤਾ 'ਤੇ ਕੀਤੀਆਂ ਨੇ ਜਿਹੜੇ ਅਪਮਾਨਜਨਕ। ਹਿੰਦੂ ਧਰਮਾਂ ਦੇ ਤਖਤਾਂ 'ਤੇ ਵੀ ਕੀਤੀਆਂ ਟਿੱਪਣੀਆਂ? ਬਿਲਕੁਲ, ਉਹ ਕਰਦੀ ਰਹਿੰਦੇ ਨੇ ਜੀ ਅਕਸਰ। ਮੈਨੂੰ ਲੱਗਦਾ ਕਿ ਉਸੇ ਲੜੀ ਦੇ ਵਿੱਚ ਪਤਾ ਨਹੀਂ ਕਿ ਕਿਹੜੀਆਂ ਸ਼ਕਤੀਆਂ ਉਹ ਗਾਈਡ ਕਰ ਰਹੀਆਂ ਨੇ, ਅਤੇ ਜਿਹੜਾ ਇਹ ਨਵੇਂ ਪਾੜੇ ਜਿਹੜੇ ਨੇ ਪਾਏ ਜਾ ਰਹੇ ਨੇ, ਤੋ ਇਸ ਕਰਕੇ ਅਸੀਂ ਇਹ ਜਿਹੜਾ ਆਪਣਾ ਰੁੱਖ ਦੱਸ ਰਹੇ ਹਾਂ।